ਗੱਲ ਇਦਾਂ ਵੀ ਇਹ ਨਸ਼ੇ ਦਾ ਜਿਹੜਾ ਕੰਮ ਹੈ ਨਾ, ਅੱਗੇ ਵੀ ਕਈ ਵਾਰੀ ਚਲੋ ਅਸੀਂ ਥਾਣੇ ਵੀ ਜਾ ਕੇ ਦੱਸਦੇ ਰਹੇ ਹਾਂ ਵੀ ਇਹ ਨਸ਼ਾ ਜਿਹੜਾ ਬਹੁਤ ਜ਼ਿਆਦਾ ਮਾਤਰਾ ਸਾਡੇ ਪਿੰਡ 'ਚ ਵਿਕਰੀ ਹੋ ਰਿਹਾ। ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੇ ਬੰਦੇ ਸੀ ਸੜਕਾਂ 'ਤੇ ਵੇਖਦੇ ਜਿਹਨਾਂ ਦੀ ਕੋਈ ਸ਼ਕਲ ਨਹੀਂ ਦੇਖੀ, ਉਹ ਸਵੇਰੇ ਵੀ ਅਤੇ ਤਕਾਲਾਂ ਨੂੰ ਉਹ ਸਾਡੇ ਪਿੰਡ ਦੇ ਵਿੱਚੋਂ ਆਉਣ ਕੇ ਨਸ਼ਾ ਉਹਨਾਂ ਨੂੰ ਮਿਲਦਾ, ਉਹ ਖੜਦੇ ਆ, ਕੋਈ ਦੇਣ ਆਉਂਦਾ, ਕੋਈ ਲੈਣ ਆਉਂਦਾ। ਇਸ ਕਰਕੇ ਅਸੀਂ ਤਾਂ ਪਹਿਲਾਂ ਵੀ ਬੜੀ ਵਾਰ ਰਿਕੁਐਸਟ ਕੀਤੀ ਆ ਮਹਿਕਮੇ ਅੱਗੇ ਵੀ ਆਹ ਦੂਜੀ ਮੌਤ ਸਾਡੇ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਹੀ ਹੋ ਗਈ, ਅਤੇ ਜਿਹੜੇ ਹੋਰ ਵੀ ਸਾਡੇ ਜਿਹੜੇ ਬੱਚੇ ਰਹਿੰਦੇ ਵੀ ਆ ਨਾ ਉਹ ਵੀ ਨਸ਼ੇ ਦੀ ਲਾਈਨ ਦੇ ਵਿੱਚ ਬੜੇ ਪਏ ਆ। ਹੁਣ ਕਿਹਦਾ ਇੱਕ ਦਾ ਨਾਂ ਲਈਏ, ਮੈਂ ਤਾਂ ਕਹੂੰਗਾ ਵੀ ਬਹੁਤ ਜ਼ਿਆਦਾ, ਅਤੇ ਜਿਹੜਾ ਕਿਸੇ ਦੇ ਕੰਟਰੋਲ 'ਚ ਗੱਲ ਨਹੀਂ ਹੈਗੀ, ਖਾਣ ਵਾਲੇ ਵੀ ਆ ਅਤੇ ਲੈਣ ਦੇਣ ਵਾਲੇ ਵੀ ਆ। ਸੋ ਅਸੀਂ ਤਾਂ ਇਹੀ ਕਹਾਂਗੇ ਵੀ ਨਸ਼ੇ ਨੂੰ ਕਿਸ ਤਰ੍ਹਾਂ ਨੱਥ ਪਾਈ ਜਾਵੇ। ਬਾਕੀ ਇੱਕ ਮੇਰੀ ਬੇਨਤੀ ਹੈ, ਜੇ ਫੜਦੇ ਵੀ ਆ ਮੁਲਾਜ਼ਮ ਲੈ ਵੀ ਜਾਂਦੇ ਆ, ਉਹ 10 ਦਿਨ ਨਹੀਂ ਕੱਢਦਾ ਜ਼ਮਾਨ 'ਤੇ ਆ ਜਾਂਦਾ, ਉਹਦਾ ਕੋਈ ਹੱਲ ਹੋ ਸਕਦਾ ਤਾਂ ਉਹ ਕੀਤਾ ਜਾਵੇ। ਜਿਹੜਾ ਬੰਦਾ ਨਸ਼ੇ ਦੀ ਲੈ ਜੀ ਫੜਿਆ ਜਾਵੇ ਨਾ, ਉਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ, ਭਾਵੇਂ ਕੋਈ ਵੀ ਹੋਵੇ। ਉਹਨੂੰ ਕੋਰਟ ਦੇ ਅੱਗੇ ਰਿਕੁਐਸਟ ਇਹੋ ਹੀ ਆ ਵੀ ਉਹਨੂੰ ਛੱਡਿਆ ਨਾ ਜਾਵੇ ਜਿਹੜਾ ਨਸ਼ੇ ਦੀ ਲੈਣ 'ਚ ਫੜਿਆ ਜਾਂਦਾ, ਕਿਉਂਕਿ ਜ਼ਿੰਦਗੀ ਬਰਬਾਦ ਹੋ ਜਾਂਦੀ, ਬੱਚੇ ਹੌਲੀ ਹੌਲੀ ਉਮਰ ਦੇ ਜਿਹੜੇ ਉਹ ਨਸ਼ੇ ਦੇ ਵਿੱਚ ਫਸ ਗਏ। ਅਤੇ ਆਪਾਂ ਕਿਹਦਾ ਨਾਂ ਲਈਏ, ਤਕਰੀਬਨ ਜਿਹਨੂੰ ਵੇਖੇ ਸਾਰੇ ਇਹੋ ਜਿਹੇ ਫਿਰਦੇ, ਅਸੀਂ ਤਾਂ ਹੁਣ ਹਾਰ ਕੇ ਕਹਿਣਾ ਹੀ ਛੱਡ ਗਏ ਇਹਨਾਂ ਬੱਚਿਆਂ ਨੂੰ ਵੀ ਸਾਡੀਆਂ ਜਦੋਂ ਦੱਸਦੇ ਤਾਂ ਸਾਡੀਆਂ ਹੀ ਲੋਕੀ ਉਠਾਣੇ ਜਾ ਗੱਲਾਂ ਕਰਦੇ ਸੀ, ਫਲਾਣਾ ਬੁੜਾ ਬਹੁਤ ਤੰਗ ਕਰਦਾ, ਉਹ ਬਹੁਤ ਫੋਨ ਕਰਦਾ। ਸੋ ਇਸ ਕਰਕੇ ਆਪਾਂ ਤਾਂ ਇਹਨਾਂ ਨੂੰ ਕਹਿਣਾ ਵੜਦੇ ਹਾਂ, ਹੁਣ ਪ੍ਰਸ਼ਾਸਨ ਅੱਗੇ ਇਹੋ ਸਾਡੀ ਮੰਗ ਹੈ ਵੀ ਜਿਸ ਤੱਕ ਹੋ ਸਕੇ ਨਸ਼ੇ ਨੂੰ ਨੱਥ ਪਾਈ ਜਾਵੇ, ਇਹਨਾਂ ਬੱਚਿਆਂ ਦੀ ਜਾਨ ਬਚਾਈ ਜਾਵੇ, ਆਉਣ ਵਾਲੀ ਪੀੜ੍ਹੀ ਨਾਸ ਹੋ ਗਈ। ਗੁਰੂ ਸਿੰਘ ਜੀ, ਤੁਹਾਡੇ ਪਿੰਡ ਦੇ ਵਿੱਚ ਬਾਹਲਾ ਨਸ਼ਾ ਵੇਚਦਾ ਹੈ, ਕਦੀ ਤੁਸੀਂ ਨਸ਼ਾ ਵੇਚਣ ਨੂੰ ਰੋਕਿਆ ਨਹੀਂ ਮੁੰਡੇ ਜਿਹੜੇ ਲੈਣ ਆਉਂਦੇ? ਅਸੀਂ ਰੋਕਦੇ ਹਾਂ ਪਰ ਉਹ ਗਲ ਪੈਂਦੇ ਆ, ਫਿਰ ਸਾਡੇ ਬੱਚਿਆਂ ਨੂੰ ਤਾਂ ਸਾਨੂੰ ਵੀ ਰਸਤੇ ਦੇ ਵਿੱਚ ਘੇਰਦੇ ਅੱਗੇ ਜਾ ਕੇ 2 ਘੰਟਿਆਂ ਬਾਅਦ ਜਾਂ 4 ਘੰਟਿਆਂ ਬਾਅਦ ਅਸੀਂ ਜਦੋਂ ਖੇਤਾਂ ਨੂੰ ਬਾਹਰ ਅੰਦਰ ਜਾਣਾ ਤਾਂ ਉਹ ਰੋਕਦੇ ਸਾਨੂੰ, ਫਿਰ ਮਾਰਦੇ, ਕਿਸੇ ਵੀ ਵੇਲੇ ਉਹ ਸਾਨੂੰ ਡੱਕ ਸਕਦੇ ਕਿੱਥੇ ਵੀ ਟੱਕਰੇ। ਕਦੀ ਇਹਦੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ? ਕਈ ਵਾਰੀ ਬੰਦਿਆਂ ਨਾਲ ਕੀਤਾ, ਕਈ ਵਾਰੀ ਪੁਲਿਸ ਆਉਂਦੀ ਵੀ ਆ, ਉਹ ਏਦਾਂ ਜੇ ਕੋਈ ਫੜ ਕੇ ਲੈ ਵੀ ਜਾਂਦੀ ਆ ਤਾਂ ਮੁੜ ਕੇ ਉਹਨਾਂ ਨੂੰ ਛੱਡ ਦਿੰਦੇ 2 ਘੰਟਿਆਂ ਬਾਅਦ, ਫਿਰ ਉਹ ਉਹੀ ਕੰਮ ਸ਼ੁਰੂ ਹੈ। ਕੀ ਮੰਗ ਕਰਦੇ ਹੋ ਪੰਜਾਬ ਸਰਕਾਰ? ਅਸੀਂ ਇਹ ਮੰਗ ਕਰਦੇ ਹਾਂ ਭਈ ਨਸ਼ੇ ਤੇ ਠੱਲ ਪਵੇ ਤੇ ਸਾਡੇ ਆਉਣ ਵਾਲੇ ਬੱਚਿਆਂ ਦੀ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਦੀ ਜ਼ਿੰਦਗੀ ਬਚ ਜਾਏ, ਬੱਚੇ ਬਚ ਜਾਣ, ਮਾਪੇ ਸੁਖੀ ਰਹਿਣ, ਇਹ ਮੰਗ ਕਰਦੇ ਅਸੀਂ ਸਰਕਾਰ ਕੋਲ। ਸ਼ਰੇਆਮ ਨਸ਼ਾ ਵੇਚਦਾ, ਨਸ਼ੇ ਦੀ ਸਪਲਾਈ ਹੁੰਦੀ ਤਾਂ ਹੀ ਲੈਂਦੇ ਆ, ਤਾਂ ਨਸ਼ਾ ਛੁਡਾਊ ਕੇਂਦਰਾਂ ਚ ਵੀ ਰੱਖਿਆ ਸੀ, ਪਰ ਜਦੋਂ ਪਿੰਡ ਹੁੰਦਾ ਸੀ, ਪਿੰਡ ਭਾਵੇਂ ਰਾਤ ਨੂੰ 11 ਵਜੇ ਚਲ ਜਾਓ ਭਾਵੇਂ ਸਵੇਰੇ 6 ਵਜੇ ਚਲ ਜਾਓ, ਜਿੱਥੋਂ ਮਰਜ਼ੀ ਨਸ਼ਾ ਮਿਲ ਜਾਂਦਾ। ਇੱਥੋਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ, ਆਲੇ ਦੁਆਲੇ ਲੋਕਾਂ ਨੂੰ ਵੀ ਪਤਾ, ਪਰ ਕੋਈ ਕੁਛ ਨਹੀਂ ਕਰਦਾ, ਪੁਲਿਸ ਨੂੰ ਵੀ ਪਤਾ ਹੈ। ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ? ਨਸ਼ਿਆਂ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ, ਜਿਹੜੇ ਲੋਕੀ ਨਸ਼ਾ ਵੇਚਦੇ ਉਹਨਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।